कुछ लोग साढ़े नाल मौजूद ने, जानते हैं कि लगातार पंजाब के जिहड़े अलग अलग ज़िले ने उन्हां दे विच हड़ वर्गी स्थिति बनी हुई है, चाहे बठिंडा की गल की जाए, चाहे संगरूर की गल की जाए, पटियाला की गल की जाए, अमृतसर दे विच भी हड़ वर्गे स्थिति हुई है। एक दो मीह पैंदे ने ते सारा जिहड़ा पंजाब है वह दरिया बन जाता है, थां थां दे उत्ते पानी खड़ा हुंदा है। इस नूं लै के सियासत हुंदी है, सियासत सियासी धिरां सरकार नूं घेरदी है, सरकार अपनी नाकामी छुपाउण दे लई सियासी धिरां नूं जिम्मेवार ठहराउंदी है, पिछलियां सरकारां नूं जिम्मेवार दस्सिया जा रहा है। पर इन्हां मामलों के लिए पंजाब दे विच हड़ वर्गी स्थिति दे लई कौन जिम्मेवार है, कौन उस घग्गर दी दे विच जिहड़ा पाड़ पिया होया उस नूं भरन दे विच नाकाम साबित होया। हालांकि फौज लगी हुई है, NDRF की टीम लगी हुई है, स्थानक लोग लगे हुए ने, जथेबंदियां भी लगियां हुई ने, पर बावजूद इस दे क्यों अजे तक भी जिहड़ा पाड़ नहीं पूरिया गया, लोग क्यों खज्जल खुआर हो रहे ने, रहन पीण दे रहन दे लई खाण पीण दे लई लोगों को दुश्वारियों का सामना करना पै रहा है। हालांकि कुछ अजिहे सूबे भी ने जां जिथे पहलां तो ही प्रशासन ने पुख्ता प्रबंध किए हुए ने, पर पंजाब दे विच सरकार क्यों सुती रहिंदी है, ते जदों इहो जिहियां घटनावां हो जांदियां ने उस तो बाद ही सरकारी बयान आउंदे ने, विधायकां दीआं मंत्रियां दे जिहड़े है वह दौरे शुरू हो जांदे ने उन्हां स्थानां दे उत्ते वोटां इकट्ठियां करन दे लई। पर हुण पंजाब दे लोकां तों जाणदे आं कि इन्हां सारी स्थिति दे लई, इन्हां सारे मामलों के लिए आखिर जिम्मेवार कौन है, ते कुछ लोग मौजूद ने, जाणदे आं कि किस तरह दीआं घटनावां जां पहलां भी वापरदीआं रहीआं ने, तो पहला क्यों लोगों के लिए प्रशासन ने क्यों पुख्ता प्रबंध नहीं किए। सत श्री अकाल जी। सत श्री अकाल। की नाम है जी? परमिंदर सिंह। अच्छा परमिंदर जी, जिवें पंजाब दे विच हालात बने हुए ने, संगरूर दे विच हड़ वर्गी स्थिति है, बठिंडा दे विच हड़ वर्गी स्थिति है, पटियाला डुब्बे ही हुए ने, घरां तक पानी पुज्जा होया है, कि लोगों के खेत किसानों के खेत दरिया बने हुए ने, वड्डी गिणती दे विच नुकसान होया, जिम्मेवार कौन है? जिम्मेवार प्रशासन है जी, बिल्कुल प्रशासन जिम्मेवार है। ਜਦੋਂ ਮੀਂਹ ਤੋਂ ਪਹਿਲਾਂ ਇਹਨਾਂ ਨੂੰ ਸਾਰੇ ਮਤਲਬ ਪ੍ਰਬੰਧ ਕਰ ਲੈਣੇ ਚਾਹੀਦੇ ਹੈ, ਠੀਕ ਹੈ। ਜਦੋਂ ਹੜ੍ਹ ਆਉਂਦਾ ਉਦੋਂ ਕਿਉਂ ਪ੍ਰਸ਼ਾਸਨ ਭੱਜਦਾ ਹੈ, ਉਦੋਂ ਆਪਾਂ ਕੁਛ ਨਹੀਂ ਕਰ ਸਕਦੇ, ਇਹ ਪਹਿਲਾਂ ਤੋਂ ਹੀ ਸਾਰੇ ਪ੍ਰਬੰਧ ਕਰਨੇ ਪੈਣਗੇ। ਹੁਣ ਸਾਡੇ ਪਿੰਡਾਂ ਵਿੱਚ ਵੀ ਪਾਣੀ ਵੜਦਾ ਹੋ ਰਿਹਾ, ਗਲੀਆਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ। ਪ੍ਰਸ਼ਾਸਨ ਕੋਈ ਵੀ ਮਤਲਬ ਬਿਲਕੁਲ ਫੇਲ ਹੈ ਜੀ, ਸਰਕਾਰ ਵੀ ਫੇਲ ਹੈ, ਪ੍ਰਸ਼ਾਸਨ ਸਭ ਕੁਛ ਫੇਲ ਹੈ। ਅੱਛਾ, ਜਿਵੇਂ ਘੱਗਰ ਦੇ ਵਿੱਚ ਹੜ੍ਹ ਆਇਆ ਹੈਗਾ, ਘੱਗਰ ਨੇ ਕਿੰਨੇ ਹੀ ਪਿੰਡ, ਕਿੰਨੇ ਹੀ ਏਕੜ ਜ਼ਮੀਨ ਆਪਣੀ ਲਪੇਟ ਦੇ ਵਿੱਚ ਲੈ ਲਈ। ਪ੍ਰਸ਼ਾਸਨ ਨੂੰ ਪਤਾ ਹੁੰਦਾ ਕਿ ਇਸ ਤਰ੍ਹਾਂ ਦੇ ਹਾਲਾਤ ਬਣਨੇ ਨੇ, ਮੀਂਹ ਆਉਣਾ ਹੈ, ਹਾਲਾਂਕਿ ਮੀਂਹ ਤੋਂ ਬਾਅਦ ਜਾਂ ਇਸ ਤਰ੍ਹਾਂ ਦੀ ਹੜ੍ਹ ਵਰਗੀ ਸਥਿਤੀ ਤੋਂ ਬਾਅਦ ਗੇੜੇ 'ਤੇ ਗੇੜਾ ਦਿੱਤਾ ਹੁੰਦਾ ਹੈ, ਦੌਰੇ 'ਤੇ ਦੌਰਾ ਕੀਤਾ ਹੁੰਦਾ ਹੈ, ਹਰ ਮੰਤਰੀ ਨੇ, ਹਰ ਇੱਕ ਪਾਰਟੀ ਦੇ ਆਗੂ ਨੇ, ਪਰ ਉਹਨਾਂ ਦੌਰਿਆਂ ਨੂੰ ਜੇਕਰ ਦੇਖਿਆ ਜਾਵੇ ਤਾਂ ਕਿਸੇ ਤਰੀਕੇ ਦੇ ਨਾਲ ਉੱਥੇ ਨਾ ਤਾਂ ਕੋਈ ਸਥਿਤੀ ਦੇ ਵਿੱਚ ਸੁਧਾਰ ਆਉਂਦਾ ਹੈਗਾ, ਨਾ ਸਥਿਤੀ ਨੂੰ ਸਹੀ ਕਰਨ ਦੇ ਲਈ ਪ੍ਰਸ਼ਾਸਨਿਕ ਜਿਹੜੇ ਅਮਲੇ ਜਾਂਦੇ ਨੇ ਉਹਨਾਂ ਦੀਆਂ ਕੋਈ ਕਾਰਵਾਈਆਂ ਕਿਸੇ ਤੌਰ 'ਤੇ ਕਾਮਯਾਬ ਹੁੰਦੀਆਂ ਨੇ। ਇਹਨਾਂ ਪਿੱਛੇ ਕੀ ਕਾਰਨ ਮੰਨਦੇ ਹੋ? NDRF ਦੀ ਟੀਮ ਲੱਗੀ ਹੋਈ ਹੈ, ਫੌਜ ਲੱਗੀ ਹੋਈ ਹੈ, ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀ ਲੱਗੇ ਹੋਏ ਨੇ, ਜਥੇਬੰਦੀਆਂ ਲੱਗੀਆਂ ਹੋਈਆਂ, ਫਿਰ ਵੀ ਪਾੜ ਹੀ ਰਹਿ ਭਰ ਨਹੀਂ ਰਿਹਾ। ਸਾਡਾ ਤਾਂ ਇਹੀ ਕਹਿਣਾ ਜੀ ਵੀ ਬਾਅਦ ਵਿੱਚ ਵੀ ਤਾਂ ਤੁਸੀਂ ਸਾਰਾ ਕਰਵਾਉਂਦੇ ਹੋ ਜੀ, ਇਹ ਪਹਿਲਾਂ ਵੀ ਕਰਵਾ ਸਕਦੇ ਹੋ ਤੁਸੀਂ, ਠੀਕ ਹੈ। ਤਾਂ ਹੁਣ ਤਾਂ ਬਿਲਕੁਲ ਅਸੀਂ ਤਾਂ ਸਰਕਾਰ ਨੂੰ ਦੋਸ਼ ਦਊਂਗੇ ਜੀ, ਬਸ ਵੀ ਸਰਕਾਰ ਦਾ ਦੋਸ਼ ਹੈ, ਇਹ ਪਹਿਲਾਂ ਜਦੋਂ ਮੀਂਹ ਨਹੀਂ ਪੈਂਦੇ ਉਦੋਂ ਕਿਉਂ ਨਹੀਂ ਇਹ ਚੀਜ਼ ਨੂੰ ਕਵਰ ਕਰਦੇ, ਠੀਕ ਹੈ ਨਾ। ਹੁਣ ਆਪਣੀਆਂ ਰੋਟੀਆਂ ਸੇਕਣ ਦੇ ਮਾਰੇ ਬਸ ਸਾਰੀ, ਠੀਕ ਹੈ, ਲੀਡਰ ਹੋਏ ਜੋ ਵੀ ਮੋਤਬਰ ਹੁੰਦੇ ਆ ਜੀ, ਇਹ ਬਸ ਆਪਣੀਆਂ ਰੋਟੀਆਂ ਸੇਕਣ ਦੇ ਮਾਰੇ ਬਸ ਹੁਣ ਅੱਗੇ ਵੱਧ ਰਹੇ ਹੈ, ਜ਼ਿੰਮੇਵਾਰੀ ਇਹਦੀ ਕੋਈ ਨਹੀਂ ਹੈਗੀ। ਅੱਛਾ, ਦੂਜੀ ਗੱਲ ਇਹ ਹੈਗੀ ਹੈ ਕਿ ਪ੍ਰਸ਼ਾਸਨ ਜਾਂ ਸਰਕਾਰ ਇਹ ਕਹਿੰਦੀ ਹੈ ਕਿ ਮੁਆਵਜ਼ਾ ਦਿੱਤਾ ਜਾਵੇਗਾ, ਪਰ ਦੂਜੀ ਗੱਲ ਇਹ ਹੈ ਕਿ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਕਿਸੇ ਪ੍ਰਕਾਰ ਦੀਆਂ ਨਾ ਤਾਂ ਸੜਕਾਂ ਦੇ ਵਿੱਚ ਕੋਈ ਬਿਹਤਰੀਨ ਪ੍ਰਬੰਧ ਕੀਤੇ ਹੋਏ ਨੇ, ਨਾ ਗਲੀਆਂ ਨਾਲੀਆਂ ਸਾਫ਼ ਨੇ, ਅਤੇ ਉਸ ਤੋਂ ਬਾਅਦ ਜਦੋਂ ਮੀਂਹ ਪੈਂਦਾ ਹੈ ਤਾਂ ਉਹ ਨਾਲੀਆਂ ਜਿਹੜੀਆਂ ਬਲੋਕ ਹੋ ਜਾਂਦੀਆਂ ਨੇ, ਜਾਮ ਹੋ ਜਾਂਦੀਆਂ ਨੇ, ਉਹੀ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜਦਾ ਹੈ। ਤੁਹਾਡੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਪੁਖਤਾ ਕੀਤੇ ਹੈਗੇ ਨੇ, ਜਾਂ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ? ਤੁਸੀਂ ਆਪੇ ਦੇਖਿਓ ਜੀ, ਮੀਂਹ ਆਏ ਤਾਂ ਉਰੇ ਬਹੁਤ ਬੁਰਾ ਹਾਲ ਹੈ, ਕੋਈ ਪ੍ਰਸ਼ਾਸਨ ਦੀ ਕੁਛ ਨਹੀਂ ਕਰਿਆ ਬਾ ਜੀ, ਗਲੀਆਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਉੱਦਾਂ ਹੀ ਪਾਣੀ ਵੜਦਾ ਹੈ, ਠੀਕ ਹੈ। ਬਸ ਸਾਡਾ ਤਾਂ ਇੰਨੀ ਕਹਿਣਾ ਜੀ, ਸਾਰਾ ਜਿੰਨਾ ਵੀ ਦੋਸ਼ ਹੈ ਟੋਟਲ ਸਰਕਾਰ ਦਾ ਅਤੇ ਪ੍ਰਸ਼ਾਸਨ ਦਾ, ਅਸੀਂ ਤਾਂ ਇਹਨਾਂ ਨੂੰ ਦੋਸ਼ੀ ਮੰਨਦੇ ਹਾਂ ਜੀ, ਬਸ ਜੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਜੀ? ਨਾਜਰ ਸਿੰਘ ਹੈ ਜੀ। ਅੱਛਾ ਨਾਜਰ ਜੀ, ਜਿਵੇਂ ਸੰਗਰੂਰ ਦੇ ਵਿੱਚ, ਬਠਿੰਡਾ ਦੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਤੁਸੀਂ ਵੀ ਦੇਖਿਆ ਹੋਵੇਗਾ ਕਿਵੇਂ ਖੇਤ ਜਿਹੜੇ ਨੇ ਉਹ ਦਰਿਆ ਦਾ ਰੂਪ ਧਾਰਨ ਕਰ ਲਿਆ, ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ, ਉਹ ਫਸਲ ਨੂੰ ਕਿੰਨੇ ਲੋਕਾਂ ਨੇ ਖਾਣਾ ਸੀ, ਕਿੰਨੇ ਦੇ ਢਿੱਡ ਭਰਨੇ ਸਨ, ਅਤੇ ਫਸਲ ਖਰਾਬ ਹੋ ਚੁੱਕੀ ਹੈ। ਪ੍ਰਸ਼ਾਸਨ ਦਾ ਵਾਅਦਾ ਕਰ ਰਿਹਾ, ਦਾਅਵਾ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ, ਪਰ ਜ਼ਿੰਮੇਵਾਰ ਕੌਣ ਹੈ? ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ, ਸਰਕਾਰ ਜ਼ਿੰਮੇਵਾਰ ਹੈ, ਨਾ ਕਿ ਕੋਈ ਹੋਰ ਹੈ, ਕਿਉਂਕਿ ਇਹਨੂੰ ਪਤਾ ਤਾਂ ਹੁੰਦਾ ਨਹੀਂ, ਵੈਸੇ ਇੱਕ ਵੋਟਾਂ ਦਾ ਮਸਲਾ ਇਹਨਾਂ ਦਾ, ਤਾਂ ਵੋਟਾਂ ਲਈਆਂ ਬਣੇ ਆਪਣਾ ਗਾਹਾਂ ਚਲੇ ਗਏ, ਠੀਕ ਹੈ ਜੀ। ਉਹ ਕਹਿੰਦੇ ਪਹਿਲਾਂ ਮੈਂ ਆਪਣੇ ਖਰੜ ਵਾਲੇ ਤੁਹਾਨੂੰ ਦੱਸੇ ਦਿੱਤੀ, ਜਿਹੜਾ ਸਾਡਾ ਖਰੜ ਵਾਲਾ ਬਹੁਤ ਜ਼ਿਆਦਾ ਪਿਛੜਿਆ ਵਰਗ ਹੈ ਜੀ, ਇਹਦੇ ਵਿੱਚ ਕੋਈ ਪ੍ਰਬੰਧ ਨਹੀਂ। 2005 ਦੇ ਵਿੱਚ ਕੈਪਟਨ ਦੀ ਸਰਕਾਰ ਸੀ,
ਸਾਡੇ ਹਲਕੇ ਦੇ ਵਿੱਚ ਕੈਪਟਨ ਸਾਹਿਬ ਨੇ ਕੰਗ ਸਾਹਿਬ ਨੇ ਕੰਮ ਕਰੇ ਬਹੁਤ ਜ਼ਿਆਦਾ ਜੀ, ਔਰ ਸਾਡੇ ਹਲਕੇ 'ਚ ਇੰਨੀ ਕਿਸਮਤ ਮਾੜੀ ਆ, ਹੱਦ ਨਾਲੋਂ ਜ਼ਿਆਦਾ ਮਾੜੀ ਆ ਜੀ। ਇੱਥਾਂ ਜਿਹਦੀ ਸਰਕਾਰ ਹੁੰਦੀ ਉਹਦਾ ਐਂਟੀ MLA ਬਣ ਜਾਂਦਾ, ਹੁਣ ਝਾੜੂ ਵਾਲਾ ਬਣਿਆ ਤਾਂ ਕਿਸੇ ਨੂੰ ਉਹਨੇ ਸ਼ਕਲ ਵੀ ਨਹੀਂ ਦਿਖਾਈ ਲੈਣਗੇ, ਲੋਕਾਂ ਨੇ ਵੋਟਾਂ ਪਾਈਆਂ ਬਣਾਇਆ, ਬਹੁਤ ਮਾੜੀ ਗੱਲ ਹੈ। ਅੱਛਾ, ਜ਼ਿੰਮੇਵਾਰੀ ਤੁਸੀਂ ਸਰਕਾਰ ਜਾਂ ਪ੍ਰਸ਼ਾਸਨ ਦੇ ਉੱਤੇ ਸੁੱਟ ਦਿੱਤੀ ਹੈ, ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ, ਪਿਛਲੀ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਦੀ ਗੱਲ ਕੀਤੀ ਜਾਵੇ, ਉਦੋਂ ਕਿਹਾ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਇਸ ਮਾਮਲੇ ਦੇ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਕਹਿ ਰਹੀ ਹੈ ਕਿ 2-2.5 ਸਾਲ ਦੀ ਇਹ ਸਮੱਸਿਆ ਨਹੀਂ, ਇਸ ਤੋਂ ਪਹਿਲਾਂ ਵੀ ਜਿਹੜੀ ਇਹ ਸਮੱਸਿਆ ਕਾਫੀ ਗੰਭੀਰ ਸੀ, ਇਸ ਦੇ ਲਈ ਪਿਛਲੀ ਸਰਕਾਰ ਜ਼ਿੰਮੇਵਾਰ ਹੈ। ਤੁਹਾਡੇ ਮੁਤਾਬਿਕ ਕੀ ਪਿਛਲੀ ਸਰਕਾਰ ਜ਼ਿੰਮੇਵਾਰ ਹੈ ਜਾਂ ਮੌਜੂਦਾ? ਪਿਛਲੀ ਵੀ ਸਰਕਾਰ ਜ਼ਿੰਮੇਵਾਰ ਹੈ ਜੀ, ਦੋਨੇ ਹੈ ਜੀ, ਠੀਕ ਹੈ ਨਾ। ਪਿਛਲੀ ਕੁਛ ਜ਼ਿਆਦਾ ਜੀ, ਕੋਈ 10 ਸਾਲ ਆ ਗਏ ਇਹਨਾਂ ਨੂੰ, ਹੁਣ ਦੁਬਾਰਾ ਵਿਚਰਨ 5 ਸਾਲ ਹੋਏ ਆ, 2 ਸਾਲਾਂ ਦੇ ਹੋ ਗਏ, 2 ਸਾਲ ਰਹਿ ਗਏ, ਇਹਨਾਂ ਵੀ ਅਸੀਂ ਲੰਘ ਜਾਣਾ, ਰੋਟੀਆਂ ਸੇਖਿਆ ਬਣੀਆਂ, ਕੋਈ ਐਡਾ ਬੜਾ ਮਤਲਬ ਤਾਂ ਹੈ ਨਹੀਂ। ਮੁਆਵਜ਼ੇ ਨਾਲ ਕੀ ਹੁੰਦਾ ਮੁਆਵਜ਼ੇ? ਅੱਛਾ, ਇੱਕ ਸਵਾਲ ਇਹ ਵੀ ਹੈ ਕਿ ਕਾਫੀ ਲੰਬਾ ਸਮਾਂ ਹੋ ਚੁੱਕਿਆ ਹੈ, ਕਈ ਦਿਨਾਂ ਤੋਂ ਘੱਗਰ ਦੇ ਵਿੱਚ ਜਿਹੜਾ ਬੰਨ ਦੇ ਵਿੱਚ ਪਾੜ ਪਿਆ ਹੈਗਾ ਸੀ, ਉਹ ਅਜੇ ਤੱਕ ਵੀ ਜਿਹੜਾ ਪੂਰਿਆ ਨਹੀਂ ਗਿਆ, ਅਤੇ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ? ਕਿਉਂਕਿ ਸਾਡੇ ਕੋਲ ਕਿਆ ਉਸ ਤਰ੍ਹਾਂ ਦਾ ਮਸ਼ੀਨੀ ਸਟਰਕਚਰ ਨਹੀਂ ਹੈਗਾ, ਤਕਨੀਕ ਦੀ ਘਾਟ ਹੈ, ਜਾਂ ਫਿਰ ਪ੍ਰਸ਼ਾਸਨ ਜਾਂ ਜੋ ਟੀਮਾਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਅਣਗਹਿਲੀ ਦਾ ਜਿਹੜਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ? ਇਹ ਤਾਂ ਜੀ ਹੁਣ ਪ੍ਰਸ਼ਾਸਨ ਦੀ ਉਹ ਘਾਟ ਹੈ ਜੀ, ਸਰਕਾਰ ਦੀ ਉਹ ਘਾਟ ਹੈ। ਸਭ ਕੁਝ ਸਰਕਾਰ ਜੇ ਕਰਨਾ ਚਾਹੇ ਤਾਂ 1 ਮਿੰਟ ਵਿੱਚ ਸਾਰਾ ਕੁਛ ਹੋ ਸਕਦਾ, ਜੇ ਹੋ ਪੈਣਾ ਤਾਂ ਸਾਲੋ ਸਾਲ ਕੱਢ ਦੇਵੇ, ਠੀਕ ਹੈ ਜੀ। ਪਾਣੀ ਅੱਗੇ ਹੁਣ ਕਿਹਦਾ ਜ਼ੋਰ ਹੈ ਜੀ? ਪਾਣੀ ਅੱਗੇ ਤਾਂ ਜ਼ੋਰ ਨਹੀਂ ਹੈ, ਇਹ ਤਾਂ ਸਾਰਾ ਕੁਛ ਮੀਂਹ ਤੋਂ ਪਹਿਲਾਂ ਦੀਆਂ ਗੱਲਾਂ ਜੀ ਸਾਰੀਆਂ। ਹੁਣ ਆਪਾਂ ਇੰਨੇ ਪਾਣੀ ਦੇ ਵਿੱਚ, ਚਾਹੇ ਪ੍ਰਸ਼ਾਸਨ NDF ਦੀ ਲਾ ਲਵੇ, ਚਾਹੇ ਫੌਜ ਲਾ ਦੇਵੇ, ਜੋ ਮਰਜ਼ੀ ਲਾ ਦੇਵੇ ਜੀ, ਉਹਨਾਂ ਦਾ ਕੋਈ ਹੱਲ ਨਹੀਂ। ਉਹ ਵਿਚਾਰੇ ਲੱਗੇ ਹੋਏ ਜ਼ਰੂਰ ਹੈ, ਉਹ ਮਿਹਨਤੀ ਹੈ, ਪਰ ਹੁਣ ਉਹ ਕੀ ਕਰ ਸਕਦੇ ਆ, ਉਹਨਾਂ ਦਾ ਕੋਈ ਦੋਸ਼ ਨਹੀਂ, ਉਹ ਤਾਂ ਮਿਹਨਤ ਕਰ ਰਹੇ ਆ ਜੀ। ਇਹ ਤਾਂ ਸਰਕਾਰ ਨੂੰ ਪਹਿਲਾਂ ਚਾਹੀਦਾ ਕਿ ਪਿਛਲੀ ਸਰਕਾਰ ਵੀ ਜਿਹੜੀ ਅਕਾਲੀਆਂ ਦੀ ਸਰਕਾਰ ਵੀ ਸੀ, ਅਤੇ ਹੁਣ ਵੀ ਆਉਣ ਵਾਲੀਆਂ ਸਰਕਾਰਾਂ ਨੇ ਵੀ ਇੱਦਾਂ ਹੀ ਕਰਨਾ, ਇਹਦੇ ਬਾਰੇ ਜ਼ਰੂਰ ਕੋਈ ਨਾ ਕੋਈ ਕਦਮ ਚੱਕਣਾ ਚਾਹੀਦਾ ਜੀ, ਠੀਕ ਹੈ। ਇਹ ਬਿਹਤਰੀ ਵਾਸਤੇ ਬਹੁਤ ਮਤਲਬ ਤਰੀਕੇ ਦੇ ਨਾਲ ਕੰਮ ਹੋਣਾ ਚਾਹੀਦਾ ਜੀ। ਜੀ ਬਹੁਤ ਬਹੁਤ ਧੰਨਵਾਦ। ਸੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਤੇ ਨਾ ਕਿਤੇ ਜੋ ਜਿਸ ਤਰ੍ਹਾਂ ਦੀਆਂ ਹੜ੍ਹ ਵਰਗੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਪੰਜਾਬ ਦੇ ਵਿੱਚ, ਉਸ ਦੇ ਲਈ ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਨੂੰ ਲੋਕਾਂ ਦੇ ਵੱਲੋਂ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਜਦੋਂ ਮੀਂਹ ਪੈਣਾ ਹੁੰਦਾ ਉਸ ਤੋਂ ਪਹਿਲਾਂ ਜਾਂ ਜਦੋਂ ਆਫਤ ਆਉਣੀ ਹੁੰਦੀ ਹੈ ਉਸ ਤੋਂ ਪਹਿਲਾਂ ਦੀ ਲਈ ਕੋਈ ਤਿਆਰੀ ਨਹੀਂ ਕੀਤੀ ਹੁੰਦੀ, ਉਸ ਤੋਂ ਬਾਅਦ ਹੀ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ ਹੈ, ਦੌਰੇ 'ਤੇ ਦੌਰਾ ਕੀਤਾ ਜਾਂਦਾ, ਉਸ ਤੋਂ ਬਾਅਦ ਹੀ ਜਿਹੜਾ ਹੈ ਉਹ ਤਿਆਰੀਆਂ ਕੀਤੀਆਂ ਜਾਂਦੀਆਂ ਨੇ, ਹਾਲਾਂਕਿ ਉਸ ਤੋਂ ਬਾਅਦ ਬਹੁਤ ਦੇਰ ਹੋ ਜਾਂਦੀ ਹੈ। ਸੋ ਲੋਕਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ, ਪਰ ਉੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਕਿਉਂ ਪ੍ਰਸ਼ਾਸਨ ਸੁੱਤੀ ਨੀਂਦ ਨੂੰ ਉਦੋਂ ਜਗਾਉਂਦਾ ਹੈ, ਸੁੱਤੀ ਨੀਂਦ ਤੋਂ ਉਦੋਂ ਜਾਗਦਾ ਹੈ ਜਦੋਂ ਸਥਿਤੀ ਹੈ ਜਿਹੜੀ ਉਹ ਗੰਭੀਰ ਬਣ ਜਾਂਦੀ ਹੈ। ਮਸਲਾ ਸੰਗਰੂਰ ਦੇ ਵਿੱਚ ਹੁੰਦਾ ਹੈ, ਘੱਗਰ ਦਰਿਆ ਦੇ ਵਿੱਚ ਪਾੜ ਪੈਂਦਾ ਹੈ, ਕਿੰਨੇ ਪਿੰਡ ਉਸ ਪਾਣੀ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ, ਅਤੇ ਹਰ ਪਾਸੇ ਹਾਹਾਕਾਰ ਤਬਾਹੀ ਮੱਚਦੀ ਹੈ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਜਾਂਦਾ ਹੈ, ਉਸ ਤੋਂ ਬਾਅਦ ਨਾ ਤਾਂ ਲੋਕਾਂ ਦੇ ਲਈ ਰਹਿਣ ਦੇ ਲਈ ਕੋਈ ਸਥਿਤੀ ਸਪੱਸ਼ਟ ਹੁੰਦੀ ਹੈ, ਨਾ ਖਾਣ ਪੀਣ ਦੇ ਲਈ, ਘਰਾਂ ਦਾ ਰਾਸ਼ਨ ਤੱਕ ਉਸ ਪਾਣੀ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ। ਅਤੇ ਹੁਣ ਸਵਾਲ ਇਹ ਹੈ ਕਿ ਉਹ ਪਾਣੀ ਦੀ ਗੰਭੀਰ ਸਥਿਤੀ ਦੇ ਲਈ ਆਖਰ ਜ਼ਿੰਮੇਵਾਰ ਕੌਣ ਹੈ? ਕਿਉਂ ਪ੍ਰਸ਼ਾਸਨ ਪਹਿਲਾਂ ਤੋਂ ਪੁਖਤਾ ਪ੍ਰਬੰਧ ਨਹੀਂ ਕਰਦਾ? ਕਿਉਂ ਲੋਕਾਂ ਦੇ ਲਈ ਇਹੋ ਜਿਹੀ ਸਥਿਤੀ ਬਣਾਈ ਜਾਂਦੀ ਹੈ, ਤਾਂ ਜੋ ਇਸ ਤੋਂ ਬਾਅਦ ਕਿਉਂ ਲੋਕ ਜਿਹੜੀ ਹੈ ਉਹ ਹਾਹਾਕਾਰ ਮਚਾਉਂਦੇ ਨੇ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਕੁਝ ਲੋਕ ਮੌਜੂਦ ਨੇ। ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਸਰਕਾਰਾਂ ਵੱਲੋਂ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਭਗਵੰਤ ਸਿੰਘ ਜੀ। ਅੱਛਾ ਭਗਵੰਤ ਜੀ, ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕੀਤੀ ਹੈ, ਸਵਾਲ ਬੜੇ ਨੇ, ਆਖਿਰ ਇਹਨਾਂ ਪਾਣੀਆਂ ਦੀ ਸਥਿਤੀ ਦੇ ਲਈ ਜ਼ਿੰਮੇਵਾਰ ਕੌਣ ਹੈ? ਦੇਖੋ, ਜ਼ਿੰਮੇਦਾਰ ਤਾਂ ਆਪਣੀ ਸਰਕਾਰਾਂ ਹੀ ਹੈ, ਠੀਕ ਹੈ ਜੀ। ਇਹਨਾਂ ਨੂੰ ਜਿਹੜੇ ਪ੍ਰਸ਼ਾਸਨ ਦੇ ਬੰਦੇ ਆਪਣੇ, ਉਹਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਵੀ ਆਉਣ ਵਾਲੇ ਟਾਈਮ ਵਿੱਚ ਆਪਾਂ ਨੂੰ ਜੇ ਕੋਈ ਇੱਦਾਂ ਦੀ ਮੁਸੀਬਤ ਆਉਂਦੀ ਹੈ ਤਾਂ ਉਹਦਾ ਹੱਲ ਕਿੱਦਾਂ ਕਰੀਏ। ਬਿਲਕੁਲ, ਠੀਕ ਹੈ ਜੀ। ਅਤੇ ਇਹਨਾਂ ਕੋਲ ਕੋਈ ਐਡਾ ਪ੍ਰਬੰਧ ਤਾਂ ਹੁੰਦਾ ਨਹੀਂ ਹੈ, ਇਹ ਦੇਖਦੇ ਰਹਿੰਦੇ ਵੀ ਇਹੋ ਜਿਹੀ ਕੋਈ ਚੀਜ਼ ਹੋ ਜਾਵੇ। ਪਹਿਲਾਂ ਤੁਹਾਡਾ ਫਤਿਹਵੀਰ ਦਾ ਦੇਖ ਲਓ ਮਾਮਲਾ, ਕੋਈ ਮਸ਼ੀਨ ਨਹੀਂ ਇਹਨਾਂ ਕੋਲ ਖੁਦਾਈ ਕਰਨ ਵਾਸਤੇ, ਠੀਕ ਹੈ ਜੀ। ਇਹ ਤਾਂ ਬਿਲਕੁਲ ਫੇਲ ਹੈ ਜੀ ਸਰਕਾਰਾਂ। ਅੱਛਾ, ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰ, ਮੌਜੂਦਾ ਸਰਕਾਰ, ਚਾਹੇ ਮੁੱਖ ਮੰਤਰੀ ਹੋਣ, ਚਾਹੇ ਮੰਤਰੀ ਹੋਣ, ਵਿਧਾਇਕ ਹੋਣ, ਜੋ ਵੀ ਆਗੂ ਹੈਗਾ ਹੈ, ਉਹ ਕਹਿ ਰਿਹਾ ਕਿ ਇਸ ਦੇ ਲਈ ਅਸੀਂ ਜ਼ਿੰਮੇਵਾਰ ਨਹੀਂ, ਜੋ ਪਿਛਲੀ ਸਰਕਾਰ ਹੈ ਉਹ ਜ਼ਿੰਮੇਵਾਰ ਹੈ। ਪਿਛਲੀ ਸਰਕਾਰ ਕਹਿੰਦੀ ਹੈ ਕਿ ਇਹ ਜ਼ਿੰਮੇਵਾਰ ਹੈ। ਇਹ ਜ਼ਿੰਮੇਵਾਰੀ ਦੇ ਸੰਕਟ ਦੇ ਵਿੱਚ ਹੁਣ ਪੰਜਾਬ ਦੇ ਲੋਕ ਫਸੇ ਹੋਏ ਨੇ, ਆਖਿਰ ਜ਼ਿੰਮੇਵਾਰੀ ਹੁਣ ਬਣਦੀ ਕਿਹਦੀ ਹੈ? ਦੇਖੋ, ਪੰਜਾਬ ਵਿੱਚ ਹੁਣ ਤੱਕ ਦੋਵੇਂ ਪਾਰਟੀਆਂ ਰਹੀਆਂ, ਇੱਕ ਦੂਜੇ ਨੂੰ ਕਹਿੰਦੇ ਜ਼ਿੰਮੇਵਾਰ ਉਹ ਹੈ, ਜ਼ਿੰਮੇਵਾਰ ਉਹ ਹੈ, ਠੀਕ ਹੈ ਜੀ। ਹੁਣ ਤੁਸੀਂ ਬਾਕੀ ਲੋਕ ਵੀ ਜਾਣਦੇ, ਹੁਣ ਤਾਂ ਇਹ ਦੋਨੋਂ
ਬਸ ਇਹੀ ਆ, ਬਸ ਹੋਰ ਤਾਂ ਕੁਛ ਨਹੀਂ। ਅੱਛਾ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਪਾਣੀ ਦੀ ਘਾਟ ਹੈਗੀ ਹੈ, ਟਿਊਬਵੈੱਲਾਂ ਦੇ ਰਾਹੀਂ ਪਾਣੀ ਜ਼ਮੀਨ ਤੋਂ ਕੱਢਿਆ ਜਾਂਦਾ, ਫਿਰ ਜਿਵੇਂ ਝੋਨੇ ਦੀ ਬਿਜਾਈ ਦੇ ਲਈ ਕਾਫੀ ਪਾਣੀ ਦੀ ਵਰਤੋਂ ਹੁੰਦੀ ਹੈਗੀ ਹੈ, ਜੇ ਨਦੀਆਂ ਦਾ ਪਾਣੀ ਲੋਕਾਂ ਦੇ ਕਿਸਾਨੀ ਦੇ ਲਈ ਦਿੱਤਾ ਜਾਵੇ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਥਿਤੀ ਉਲਟ ਹੋਵੇਗੀ, ਨਾਲੇ ਧਰਤੀ ਦਾ ਪਾਣੀ ਬਚੇਗਾ ਅਤੇ ਦੂਜਾ ਜਿਹੜੇ ਇਹ ਖੜ੍ਹ ਵਰਗੀ ਸਥਿਤੀ ਆ ਉਹਨੂੰ ਵੀ ਕਾਬੂ 'ਚ ਰੱਖਿਆ ਜਾਵੇਗਾ? ਹਾਂਜੀ, ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੇਖੋ, ਜਿਹੜਾ ਪਾਕਿਸਤਾਨ ਨੂੰ ਆਪਣਾ ਪਾਣੀ ਜਾਂਦਾ ਹੈ, ਉਹਦਾ ਇੱਧਰ ਨੂੰ ਨਹਿਰ ਦਾ ਰੁੱਖ ਕਰ ਲਵੇ ਤਾਂ ਜ਼ਿਆਦਾ ਵਧੀਆ ਹੋਵੇਗਾ, ਸਾਰੇ ਪੰਜਾਬ ਨੂੰ ਵੀ ਔਖਾ ਹੋ ਜਾਏਗਾ ਅਤੇ ਆਪਣਾ ਜਿਹੜਾ ਧਰਤੀ ਦਾ ਪਾਣੀ ਹੈ ਉਹਦਾ ਵੀ ਲੈਵਲ ਸਹੀ ਹੋ ਜਾਏਗਾ। ਅੱਛਾ, ਦੂਜੀ ਗੱਲ ਇਹ ਹੈ ਕਿ ਜਿਵੇਂ ਸੰਗਰੂਰ, ਪਟਿਆਲਾ, ਹਾਲਾਂਕਿ ਪਟਿਆਲਾ ਸ਼ਾਹੀ ਸ਼ਹਿਰ ਮੰਨਿਆ ਜਾਂਦਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਹਿਰ ਹੈ, ਤਬਾਹੀ ਉੱਥੇ ਵੀ ਦੇਖਣ ਦੇ ਵਿੱਚ ਆ ਰਹੀ ਹੈ। ਇੱਕ ਸਵਾਲ ਹੈ ਕਿ ਜੇ ਮੁੱਖ ਮੰਤਰੀ ਸਾਹਿਬ ਆਪਣੇ ਸ਼ਹਿਰ ਨੂੰ ਨਹੀਂ ਬਚਾ ਸਕੇ ਤਾਂ ਪੂਰੇ ਪੰਜਾਬ ਦੇ ਵਿੱਚ ਸਥਿਤੀ ਨੂੰ ਕਿਵੇਂ ਕੰਟਰੋਲ ਕਰਨਗੇ? ਹਾਲਾਂਕਿ ਉੱਥੋਂ MP ਵੀ ਮੁੱਖ ਮੰਤਰੀ ਸਾਹਿਬ ਦੀ ਪਤਨੀ ਹੈ ਅਤੇ ਮੁੱਖ ਮੰਤਰੀ ਸਾਹਿਬ ਵੀ ਉੱਥੋਂ ਹੀ ਜਿਹੜੇ ਹੈ ਉਹ ਹਲਕੇ ਦੇ ਵਿੱਚ ਕੰਮ ਕਰਦੇ ਰਹੇ ਨੇ, ਕਾਫੀ ਗਿਣੀ ਚੁਣੀ ਸਰਕਾਰ ਦੇ ਵਿੱਚ ਕਾਫੀ ਰੁਤਬਾ ਰੱਖਦਾ ਪਟਿਆਲਾ ਸ਼ਹਿਰ, ਸਥਿਤੀ ਉੱਥੇ ਵੀ ਹੜ੍ਹ ਦੇ ਨਾਲ ਕਾਰਨ ਗੰਭੀਰ ਹੈ। ਕੈਪਟਨ ਸਾਹਿਬ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਮੇਰੇ ਆਖਰੀ ਹੈ 5 ਸਾਲ, ਉਹਨੂੰ ਕੰਮ ਕਰਨ ਦੀ ਹੁਣ ਕੋਈ ਲੋੜ ਹੀ ਨਹੀਂ ਹੈ। ਠੀਕ ਹੈ ਜੀ, ਉਹਨਾਂ ਆਪਣਾ 5 ਸਾਲ ਪੂਰੇ ਕਰਕੇ ਬਸ ਲੋਕਾਂ ਨੂੰ ਬਾਏ ਬਾਏ ਕਹਿ ਦੇਣਾ ਜੀ। ਬਹੁਤ ਬਹੁਤ ਧੰਨਵਾਦ। ਸੋ ਹੋਰ ਲੋਕ ਵੀ ਮੌਜੂਦ ਨੇ, ਜਾਣਦੇ ਹਾਂ ਕਿ ਕੀ ਕਾਰਨ ਨੇ, ਕਿਉਂ ਸਥਿਤੀ ਗੰਭੀਰ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਗੁਰਮਨ ਸਿੰਘ। ਅੱਛਾ, ਕਾਰਨ ਕੀ ਮੰਨਦੇ ਹੋ, ਕਿਉਂ ਸਥਿਤੀ ਇਸ ਤਰ੍ਹਾਂ ਦੀ ਗੰਭੀਰ ਬਣੀ ਹੋਈ ਹੈ, ਪਹਿਲਾਂ ਤੋਂ ਪ੍ਰਸ਼ਾਸਨ ਕਿਉਂ ਨਹੀਂ ਕਦਮ ਚੁੱਕਦਾ? ਪ੍ਰਸ਼ਾਸਨ ਤਾਂ ਇਸ ਕਰਕੇ ਨਹੀਂ ਚੁੱਕਦਾ, ਉਹਨਾਂ ਨੂੰ ਮਤਲਬ ਨਹੀਂ ਹੁੰਦਾ ਪਿੰਡਾਂ 'ਚ ਆਉਣ ਦਾ, ਕਿਉਂਕਿ ਨਾ ਉਹਨਾਂ ਨੇ ਪਿੰਡਾਂ 'ਚ ਮੁੜ ਕੇ ਆ ਕੇ ਦੇਖਣਾ ਹੁੰਦਾ। ਇਹਦੇ ਲਈ ਥੋੜ੍ਹਾ ਜਿਹਾ ਪਿੰਡਾਂ ਦੇ ਆਪਣੇ ਲੋਕ ਵੀ ਜ਼ਿੰਮੇਵਾਰ ਹੈ ਅਤੇ ਸਰਕਾਰ ਵੀ ਜ਼ਿੰਮੇਵਾਰ ਹੈ। ਅੱਛਾ, ਜਿਵੇਂ ਸਥਿਤੀ ਦੀ ਗੱਲ ਕੀਤੀ ਜਾਂਦੀ ਹੈ, ਪਹਿਲਾਂ ਤੋਂ ਕਿਉਂ ਨਹੀਂ ਕਦਮ ਚੁੱਕੇ ਜਾਂਦੇ ਜਦੋਂ ਇਸ ਤਰ੍ਹਾਂ ਦੇ ਇੱਕ ਆਫਤ ਆ ਜਾਂਦੀ ਹੈ ਲੋਕਾਂ ਦੇ ਉੱਤੇ? ਹਾਲਾਂਕਿ ਲੋਕਾਂ ਦਾ ਇਹ ਵੀ ਕਹਿਣਾ ਕਿ ਘੱਗਰ ਦੇ ਵਿੱਚ ਇੱਕ ਪਹਿਲਾਂ ਤੋਂ ਦਰਾਰ ਸੀ, ਪ੍ਰਸ਼ਾਸਨ ਕੋਲ ਗੁਹਾਰ ਲਗਾਈ, ਦਰਾਰ ਨਹੀਂ ਭਰੀ, ਅਤੇ ਉਸ ਤੋਂ ਬਾਅਦ ਜਦੋਂ ਹੁਣ ਸਥਿਤੀ ਗੰਭੀਰ ਹੋ ਗਈ ਤਾਂ ਪ੍ਰਸ਼ਾਸਨ ਨੇ ਅੱਡੀਆਂ ਚੁੱਕ ਚੁੱਕ ਕੇ ਦਰਾਰ ਭਰਨ ਦੇ ਵਿੱਚ ਜ਼ੋਰ ਲਗਾਇਆ ਹੋਇਆ, ਪਰ ਪਾੜ ਬੰਦ ਨਹੀਂ ਹੋ ਰਿਹਾ। ਜੇ ਪਹਿਲਾਂ ਹੀ ਬੰਦ ਕੀਤੀ ਜਾਂਦੀ ਤਾਂ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਹਾਲਾਤ ਜਿਹੜੇ ਉਹ ਵੱਖਰੇ ਹੋਣੇ ਸਨ? ਹਾਂ, ਇਹ ਤਾਂ ਗੱਲ ਥੋੜ੍ਹੀ ਠੀਕ ਹੈ, ਪਰ ਪਾਣੀ ਦੇ ਜ਼ੋਰ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਪਰ ਜਦ ਸਰਕਾਰ ਨੂੰ ਪਹਿਲਾਂ ਦੱਸਤਾ ਤਾ ਨਾ, ਫਿਰ ਉਹਨਾਂ ਨੂੰ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਸੀ ਉੱਥੇ। ਠੀਕ ਹੈ ਜੀ, ਕਿਉਂਕਿ ਪਹਿਲਾਂ ਪਤਾ ਲੱਗ ਗਿਆ ਨਾ ਉਹਨਾਂ ਨੂੰ, ਫਿਰ ਉਹਨਾਂ ਨੂੰ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਸੀ ਜੀ। ਬਹੁਤ ਬਹੁਤ ਧੰਨਵਾਦ। ਸੋ ਹੋਰ ਲੋਕ ਵੀ ਮੌਜੂਦ ਨੇ, ਜਾਣਦੇ ਹਾਂ ਕਿ ਕਾਰਨ ਕੀ ਨੇ ਅਤੇ ਸਥਿਤੀ ਕਿਉਂ ਗੰਭੀਰ ਹੋਈ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਪਵਿੱਤਰ ਸਿੰਘ ਹੈ ਜੀ। ਅੱਛਾ ਪਵਿੱਤਰ, ਜਿਵੇਂ ਸਥਿਤੀ ਤੁਹਾਨੂੰ ਵੀ ਪਤਾ ਕਿ ਕਿਵੇਂ ਦੀ ਬਣੀ ਹੋਈ ਹੈ, ਪੰਜਾਬ ਦੇ ਵਿੱਚ ਹੜ੍ਹ ਕੋਈ ਪਹਿਲੀ ਵਾਰ ਨਹੀਂ ਆਏ, ਇਸ ਤੋਂ ਪਹਿਲਾਂ ਵੀ ਕਈ ਵਾਰ ਆ ਚੁੱਕੇ ਨੇ, ਪੰਜਾਬ ਹੀ ਨਹੀਂ ਹੋਰ ਸੂਬੇ ਵੀ ਹੜ੍ਹ ਦੀ ਸਥਿਤੀ ਨੂੰ ਜਿਹੜੇ ਆ ਜੂਝ ਰਹੇ ਨੇ। ਸਿੱਖਿਆ ਕੀ ਹੈ ਪੰਜਾਬ ਨੇ ਹੁਣ ਤੱਕ, ਪੰਜਾਬ ਦੀ ਸਰਕਾਰ ਨੇ ਹੁਣ ਤੱਕ ਪਹਿਲਾਂ ਦੀਆਂ ਸਥਿਤੀਆਂ ਤੋਂ ਸਿੱਖਿਆ ਕੀ ਹੈ? ਅਜੇ ਵੀ ਹੜ੍ਹ ਉਸੇ ਤਰ੍ਹਾਂ ਹੀ ਆ ਰਹੇ ਨੇ, ਹਾਲਾਂਕਿ ਤਕਨੀਕ ਕਾਫੀ ਅੱਗੇ ਤੱਕ ਪਹੁੰਚ ਚੁੱਕੀ ਹੈ, ਪਰ ਅਸੀਂ ਹਜੇ ਵੀ ਮੈਨੂਅਲੀ ਤੁਰੇ ਹੋਏ ਹਾਂ। ਦੇਖੋ ਭਾਅ ਜੀ, ਇਸ 'ਚ ਹਮੇਸ਼ਾ ਗਰੀਬ ਬੰਦਾ, ਨੀਚੇ ਜੋ ਥਰਡ ਪਰਸਨ ਮਤਲਬ ਨੀਚੇ ਦਾ ਬੰਦਾ, ਉਸੇ ਨੂੰ ਮਾਰ ਪੈਂਦੀ ਆ। ਇੱਕ ਛੋਟਾ ਗਰੀਬ ਬੰਦਾ ਜਿੱਥੇ ਹੁਣ ਹੜ੍ਹ ਆਇਆ ਹੋਇਆ ਸੰਗਰੂਰ ਜ਼ਿਲ੍ਹੇ 'ਚ, ਉੱਥੇ ਇੱਕ ਆਮ ਬੰਦਾ ਮਾਰਿਆ ਗਿਆ। ਪ੍ਰਸ਼ਾਸਨ ਨੂੰ ਇਸ 'ਚ ਕੋਈ ਲੈਣਾ ਦੇਣਾ ਨਹੀਂ ਹੈ, ਪ੍ਰਸ਼ਾਸਨ ਸਿਰਫ ਸਾਡੇ ਨਾਲ ਪੋਲੀਟਿਕਸ ਖੇਲਦੀ ਆ। ਦੁਨੀਆ ਹੈ ਜਿਹੜੇ ਲੋਕ ਆ ਉਹ ਭੋਲੇ ਭਾਲੇ ਇਹਨਾਂ ਦੀ ਗੱਲਾਂ 'ਚ ਆ ਕੇ ਇਹਨਾਂ ਨੂੰ ਵੋਟਾਂ ਪਾ ਦਿੰਦੇ ਆ, ਅਤੇ ਇਸ ਤੋਂ ਬਾਅਦ ਇਹਨੂੰ ਮੂੰਹ ਹੀ ਨਹੀਂ ਖਾਂਦੇ। ਬੁਰਾ ਹਾਲ ਹੈ ਪ੍ਰਸ਼ਾਸਨ ਦਾ, ਜਿਹੜੀ ਮਰਜ਼ੀ ਸਰਕਾਰ ਲਾ ਲਓ, ਪਿਛਲੀ ਲਾ ਲਓ, ਅਗਲੀ ਲਾ ਲਓ, ਸਾਰਿਆਂ ਬੇਕਾਰ ਹੈ ਜੀ। ਜਦੋਂ ਕੰਮ ਖਰਾਬ ਹੋ ਜਾਂਦਾ ਕੋਈ ਵੀ, ਉਦੋਂ ਇਹ ਪ੍ਰਸ਼ਾਸਨ ਬੜਾ ਮੋਟਾ ਕਦਮ ਚੱਕਦਾ ਹੈ। ਉਸ ਤੋਂ ਪਹਿਲਾਂ ਇਹਨਾਂ ਨੂੰ ਕੁਛ ਕਰਨਾ ਚਾਹੀਦਾ ਹੈ, ਬਾਅਦ 'ਚ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜਦ ਕੰਮ ਹੀ ਖਰਾਬ ਹੋ ਗਿਆ ਉਸ ਤੋਂ ਕੀ ਫਾਇਦਾ? ਹੁਣ ਜ਼ਮੀਨਾਂ ਇੰਨੀਆਂ ਖਰਾਬ ਹੋਈਆਂ, ਫਸਲ ਇੰਨੀ ਖਰਾਬ ਹੋਈ ਹੈ, ਪਾੜ ਲੱਗ ਜਾਏਗਾ, ਸਾਰਾ ਕੁਛ ਹੋ ਜਾਏਗਾ। ਜਿਹੜੀ ਫਸਲ ਖਰਾਬ ਹੋਈ ਹੈ ਗਰੀਬ ਬੰਦੇ ਦੀ, ਜਿਹਦੇ ਕੋਲ ਅਦਵਾੜ ਹੈ, ਕੀਲਾ ਹੈ, ਉਹ ਖਤਮ ਹੋ ਗਈ, ਉਹ ਕੀ ਕਰੇਗਾ ਜੀ? ਇਸ 'ਚ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ। ਅੱਛਾ, ਦੂਜੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੈਗੇ ਆ, ਕਿਸੇ ਤਰ੍ਹਾਂ ਦੀ ਗ੍ਰਾਂਟ ਪਾਣੀ ਦੇ ਨਿਕਾਸੀ ਦੇ ਲਈ, ਪਾਣੀ ਦੇ ਪ੍ਰਬੰਧ ਦੇ ਲਈ ਆਉਂਦੀ ਹੈ ਪਿੰਡਾਂ ਦੇ ਵਿੱਚ? ਕਿਸ ਤਰ੍ਹਾਂ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਜਾਂਦੇ ਨੇ? ਨਹੀਂ ਸਰ, ਐਵੇਂ ਦੀ ਕੋਈ ਗ੍ਰਾਂਟ ਨਹੀਂ ਆਉਂਦੀ। ਜੇ ਆਉਂਦੀ ਵੀ ਹੈ ਤਾਂ ਜਿਹੜੇ ਅੱਗੇ ਮੋਤਵਰ ਬੰਦੇ ਆ ਉਹ ਨਹੀਂ ਲਾਉਂਦੇ, ਬੇਕਾਰ ਹੈ ਜੀ। ਪਿੰਡਾਂ 'ਚ ਜਾ ਕੇ ਦੇਖ ਲਓ ਤੁਸੀਂ, ਆਪੇ ਮੱਛਰ ਇੰਨਾ ਹੋਇਆ ਵਾ ਜ਼ਹਿਰੀਲਾ ਪਾਣੀ ਦੀ ਵਜ੍ਹਾ ਨਾਲ, ਕੋਈ ਕੁਛ ਨਹੀਂ ਦੇਖਦਾ ਜੀ ਇੱਥੇ। ਅੱਛਾ, ਪਾਣੀ ਦਾ ਪ੍ਰਬੰਧ ਕਿਸੇ ਤਰ੍ਹਾਂ ਦਾ ਕੀਤਾ ਨਹੀਂ ਜਾ ਰਿਹਾ? ਕੋਈ ਪਾਣੀ ਦਾ ਪ੍ਰਬੰਧ ਨਹੀਂ ਜੀ। ਪਾਣੀ ਐਵੇਂ ਹੀ ਗਲੀਆਂ 'ਚ, ਨਾੜੀਆਂ 'ਚ ਜਾ ਕੇ ਦੇਖ ਲਓ, ਗੰਦਾ ਪਾਣੀ ਐਵੇਂ ਹੀ ਖੜ੍ਹਾ ਹੈ। ਪਾਣੀ ਦਾ ਨਿਕਾਸ, ਸੀਵਰੇਜ ਦਾ ਪ੍ਰਬੰਧ ਹੋਣਾ ਚਾਹੀਦਾ। ਜਿਹੜਾ ਪਾਣੀ ਨਾਲੀ 'ਚੋਂ ਨਿਕਲ ਵੀ ਜਾਂਦਾ, ਅੱਗੇ ਟੋਬੇ ਖੜ੍ਹੇ ਆ, ਉਹਨਾਂ ਨੂੰ ਟੋਬਿਆਂ ਦੇ ਟੋਬੇ ਬਣੇ ਪਏ ਆ, ਲੋਕਾਂ ਦੇ ਘਰ ਦੇ ਨਾਲ ਬਿਮਾਰ ਹੋ ਰਹੇ ਨੇ ਲੋਕ, ਕੋਈ ਪ੍ਰਬੰਧ ਨਹੀਂ ਹੈ, ਪ੍ਰਸ਼ਾਸਨ ਇਸ 'ਚ ਬਿਲਕੁਲ ਫੇਲ ਆ। ਅੱਛਾ, ਕੀ ਮੰਗ ਕਰਦੇ ਹੈਗੇ ਆ? ਕਿਉਂਕਿ ਜਿਸ ਤਰ੍ਹਾਂ
ਦੇਖੋ ਜੀ ਆਪਾਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਗਰੀਬ ਬੰਦਿਆਂ ਬਾਰੇ ਨੀਚੇ ਵਾਲੇ ਬੰਦਿਆਂ ਬਾਰੇ ਸੋਚਣਾ ਚਾਹੀਦਾ ਉਹਨਾਂ ਨੂੰ। ਹੁਣ ਇਹ ਤਾਂ ਹੈ ਨਹੀਂ ਵੀ MLA ਬਣੇ ਮੰਤਰੀ ਬਣੇ ਆਪਣੇ ਘਰ ਬੈਠ ਜਾਓ। ਹੁਣ ਮੋਦੀ ਸਾਹਿਬ ਨੂੰ 10 ਸਾਲ ਹੋ ਚੱਲੇ ਦੁਆਰੇ, ਕੁਛ ਕੀਤਾ ਨਹੀਂ। ਕੋਈ ਵੀ ਲਾ ਲਓ, ਕੈਪਟਨ ਲਾ ਲਓ, ਕੋਈ ਕੁਛ ਨਹੀਂ ਜੀ ਕਰਦਾ, ਕੋਈ ਕਿਸੇ ਦੀ, ਸਭ ਖਤਮ ਹੈ ਜੀ। ਜੇ ਆਪਣਾ ਆਪ ਬੰਦੇ ਨੇ ਆਪ ਪ੍ਰਬੰਧ ਕਰ ਲਿਆ ਕੋਈ ਤਾਂ ਠੀਕ ਆ, ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ, ਕੋਈ ਕਿਸੇ ਦਾ ਕੋਈ ਪ੍ਰਬੰਧ ਨਹੀਂ ਜੀ। ਬਿਮਾਰੀ ਨਾਲ ਲੋਕ ਮਰ ਰਹੇ ਨੇ, ਗੰਦਾ ਪਾਣੀ ਉੱਥੇ ਜਿੱਥੇ ਦਾ ਖੜਾ ਉੱਥੇ ਹੀ ਖੜਾ ਜੀ, ਲੋਕਾਂ ਦਾ ਨੁਕਸਾਨ ਹੋ ਰਿਹਾ, ਪ੍ਰਸ਼ਾਸਨ ਇਸ 'ਚ ਜ਼ਿੰਮੇਵਾਰ ਹੈ ਜੀ। ਬਹੁਤ ਬਹੁਤ ਧੰਨਵਾਦ। ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਤੇ ਨਾ ਕਿਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਜੋ ਸਥਿਤੀ ਬਣੀ ਹੋਈ ਹੈ ਪੰਜਾਬ ਭਰ ਦੇ ਵਿੱਚ, ਸੰਗਰੂਰ, ਬਠਿੰਡਾ, ਪਟਿਆਲਾ ਜਿਸ ਤਰ੍ਹਾਂ ਡੁੱਬਿਆ ਹੋਇਆ, ਉਸ ਦੇ ਲਈ ਸਿੱਧਾ ਸਿੱਧਾ ਪ੍ਰਸ਼ਾਸਨ ਜ਼ਿੰਮੇਵਾਰ ਹੈ, ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਤੋਂ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਹੀ ਇਹ ਸਥਿਤੀ ਜਿਹੜੀ ਹੈ ਉਹ ਗੰਭੀਰ ਰੂਪ ਧਾਰ ਗਈ। ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ। ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਆਖਿਰ ਕਿਉਂ ਜਿਹੜੇ ਹੈ ਉਹ ਪੰਜਾਬ ਦੇ ਕਈ ਜਿਹੜੇ ਪਿੰਡ ਪਾਣੀ ਦੇ ਕਰਕੇ ਜਿਹੜੇ ਹੈ ਡੁੱਬੇ ਹੋਏ ਨੇ। ਸੰਗਰੂਰ ਦੇ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਕਿੰਨੀ ਗਿਣਤੀ ਦੇ ਵਿੱਚ ਕਈ ਏਕੜ ਜਿਹੜੀ ਹੈ ਉਹ ਫਸਲ ਵੀ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ। ਖੇਤਾਂ ਦੇ ਖੇਤ ਦਰਿਆ ਬਣ ਚੁੱਕੇ ਨੇ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਿਆ ਹੈ। ਲੋਕ ਰਹਿਣ ਦੇ ਲਈ, ਖਾਣ ਪੀਣ ਦੇ ਲਈ ਵੀ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰ ਰਹੇ ਨੇ। ਪਰ ਇਹਨਾਂ ਨੂੰ ਲੈ ਕੇ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਉਹ ਗੱਲਬਾਤ ਕਰਦੇ ਹਾਂ, ਲੋਕ ਮੌਜੂਦ ਨੇ, ਜਾਣਦੇ ਹਾਂ ਕਿ ਕਿਉਂ ਅਜਿਹੀ ਸਥਿਤੀ ਬਣੀ, ਕਿਉਂ ਪ੍ਰਸ਼ਾਸਨ ਨੇ ਪਹਿਲਾਂ ਤੋਂ ਪ੍ਰਬੰਧ ਨਹੀਂ ਕੀਤੇ। ਸਤਿ ਸ਼੍ਰੀ ਅਕਾਲ ਬਾਬਾ ਜੀ। ਕਿਉਂ ਇੰਨਾ ਪਾਣੀ ਜਿਹੜਾ ਹੈ ਉਹ ਪਿੰਡਾਂ ਦੇ ਵਿੱਚ ਆ ਰਿਹਾ, ਘੱਗਰ ਦੇ ਪਾਣੀ ਨੇ ਪਿੰਡਾਂ ਦੇ ਪਿੰਡ ਚਪੇਟ ਦੇ ਵਿੱਚ ਲੈ ਲਏ, ਪ੍ਰਸ਼ਾਸਨ ਕਿਉਂ ਨਹੀਂ ਪ੍ਰਬੰਧ ਕਰ ਰਿਹਾ ਪਹਿਲਾਂ ਤੋਂ? ਵੀਰ ਜੀ, ਉਹ ਜਗ੍ਹਾ ਜਿਹੜਾ ਪਹਾੜ ਤੋਂ ਪਾਣੀ ਆਉਂਦਾ, ਪਹਾੜ 'ਚ ਬਾਹਰ ਸੁੱਧੀ ਹੈ, ਘੱਗਰ ਦਾ ਪਾਣੀ ਤਾਂ ਉਸ ਸਾਈਡ ਜਾਂਦਾ, ਉਹ ਨੀਵਾਂ ਇਲਾਕਾ ਹੈ, ਜਾਊਗਾ ਤਾਂ ਉੱਧਰ ਨੂੰ। ਹੁਣ ਸਾਡੇ ਇਲਾਕੇ 'ਚ ਬਾਹਰ ਸੋਚ ਵੀ ਸਾਡੇ ਤਾਂ ਉਰੇ ਪਾਣੀ ਆਉਂਦਾ ਹੀ ਸਾਰਾ ਦਿਨ ਵੀ ਪਈ। ਅੱਛਾ, ਕਿਉਂ ਉੱਥੇ ਜਿਹੜੀ ਹੈ ਉੱਥੇ ਬੰਨ ਟੁੱਟ ਗਿਆ? ਪਹਿਲਾਂ ਤੋਂ ਲੋਕ ਕਹਿ ਰਹੇ ਸਨ ਕਿ ਬੰਨ ਟੁੱਟ ਸਕਦਾ ਹੈ, ਇਸ ਨੂੰ ਦਰੁਸਤ ਕੀਤਾ ਜਾਵੇ, ਪ੍ਰਬੰਧ ਕੀਤੇ ਜਾਣ, ਪ੍ਰਸ਼ਾਸਨ ਨੇ ਸੁਣਿਆ ਨਹੀਂ। ਉਸ ਤੋਂ ਬਾਅਦ ਜਦ ਟੁੱਟ ਗਿਆ ਤਾਂ ਹੁਣ ਮੰਤਰੀ, ਵਿਧਾਇਕ ਹਰ ਨੇ ਗੇੜੇ 'ਤੇ ਗੇੜਾ ਦਿੱਤਾ ਹੋਇਆ ਅਤੇ ਵਾਅਦਾ ਕੀਤਾ ਜਾ ਰਿਹਾ ਕਿ ਜਲਦ ਪੂਰਿਆ ਜਾਵੇਗਾ, ਅਜੇ ਤੱਕ ਪੂਰਿਆ ਨਹੀਂ ਗਿਆ। ਪ੍ਰਸ਼ਾਸਨ ਵੀ ਉੱਥੇ ਕਿਆ ਕਰੇਗਾ, ਕੁਛ ਨਹੀਂ ਕਰ ਸਕਦਾ। ਜੇ ਪਾਣੀ ਜ਼ੋਰ ਨਾਲ ਆਉਂਦਾ ਤਾਂ ਟੁੱਟੂਗਾ ਹੀ, ਪਿੰਡਾਂ 'ਚ ਵੀ ਬਣੂਗਾ, ਅੱਗੇ ਵੀ ਬਣਦਾ ਰਿਹਾ, ਲੁਧਿਆਣੇ 'ਚ ਵੀ ਪਾਣੀ। ਹੁਣ ਲੋਕ ਮੁਆਵਜ਼ੇ ਦੀ ਵੀ ਮੰਗ ਕਰ ਰਹੇ ਨੇ, ਮੁਆਵਜ਼ਾ ਦੇਵੇਗੀ ਸਰਕਾਰ ਕਿ ਮਿਲਣਾ ਚਾਹੀਦਾ ਨਹੀਂ? ਮਿਲਣਾ ਚਾਹੀਦਾ ਹੈ, ਮਦਦ ਕਰਨੀ ਚਾਹੀਦੀ, ਜਿਹਦੇ 'ਤੇ ਮਕਾਨ ਢਹਿ ਗਏ ਉਹਦੇ ਮਦਦ ਤਾਂ ਜ਼ਰੂਰੀ ਹੈ ਬਾਈ, ਗਰੀਬ ਲੋਕ ਹੈ। ਬਿਲਕੁਲ, ਹਾਂ ਗਰੀਬ ਲੋਕ ਹੈ, ਉਹਨਾਂ ਦਾ ਬਾਈ ਉਹਨਾਂ ਦੀ ਹੈਲਪ ਕਰੂਗੇ ਤਾਂ ਹੀ ਕੁਛ। ਅੱਛਾ, ਤੁਹਾਡੇ ਮੁਤਾਬਿਕ ਫਿਰ ਜ਼ਿੰਮੇਵਾਰ ਕੌਣ ਹੋਇਆ, ਕੁਦਰਤੀ ਕਰੋਪੀ ਸਮਝਦੇ ਹੋ ਜਾਂ ਫਿਰ ਪ੍ਰਸ਼ਾਸਨ ਦੀ ਲਾਪਰਵਾਹੀ? ਕੁਦਰਤੀ ਜੀ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਕੁਦਰਤੀ ਕਰੋਪੀ ਵੀ ਨਹੀਂ ਹੈ, ਜਦੋਂ ਅਸੀਂ ਘਰ ਦਾ ਜਦ ਕੱਚੇ ਮਕਾਨ ਹੁੰਦੇ ਸੀ ਨਾ ਸਾਡੇ, ਅਸੀਂ ਬਰਸਾਤ ਤੋਂ ਪਹਿਲਾਂ ਹੀ ਉਹਦੇ ਦੀ ਮੁਰੰਮਤ ਕਰਦੇ ਸੀ। ਉਹੀ ਗੱਲ ਕਰ ਰਿਹਾ ਕਿ ਜਦੋਂ ਕੱਚੇ ਮਕਾਨ ਦੀ ਤੁਸੀਂ ਗੱਲ ਕੀਤੀ, ਤੁਸੀਂ ਪਹਿਲਾਂ ਤੋਂ ਮੁਰੰਮਤ ਕਰ ਲੈਂਦੇ, ਯਾਨੀ ਤਿਆਰੀ ਕਰ ਲੈਂਦੇ ਸੀ, ਫਿਰ ਸਰਕਾਰ ਨੇ ਜਦੋਂ ਪਤਾ ਸੀ ਬੰਨ ਇੱਥੇ ਕੱਚਾ ਹੈਗਾ ਤਾਂ ਬੰਨ ਦੇ ਲਈ ਪਹਿਲਾਂ ਤੋਂ ਤਿਆਰੀਆਂ ਕਿਉਂ ਨਹੀਂ ਕਰੀਆਂ? ਇਹ ਤਾਂ ਇਹਨਾਂ ਦੀ ਤਾਂ ਇਹਨਾਂ ਕੋਲ ਤਾਂ ਆਪਣਾ ਖਾਣ ਪੀਣ ਦਾ ਹੀ ਸਿਲਸਿਲਾ ਨਹੀਂ ਖਤਮ ਹੁੰਦਾ ਸਰਕਾਰ ਦਾ। ਹੋਰ ਇਹ ਤਾਂ ਮੌਜਾਂ ਮਾਰਦੇ ਜਨਤਾ ਗਿਰੋ ਟੱਟੇ ਖੂਹ 'ਚ, ਇਹਨਾਂ ਨੂੰ ਕਿਆ ਮਤਲਬ ਇਹਦਾ, ਕੋਈ ਇਹਨਾਂ ਨੂੰ ਮਤਲਬ ਨਹੀਂ। ਅੱਛਾ ਬਾਬਾ ਜੀ, ਜਿਵੇਂ ਹੁਣ ਉੱਥੇ ਹੈਗੀ ਹੈ ਸਥਿਤੀ ਬੜੀ ਗੰਭੀਰ ਹੈਗੀ ਹੈ, ਪਾਣੀ ਪਿੰਡਾਂ ਦੇ ਵਿੱਚ ਵੜਿਆ ਹੋਇਆ ਹੈ, ਲੋਕਾਂ ਦੇ ਲਈ ਖਾਣ ਪੀਣ ਦੇ ਲਈ ਵੀ ਲੋਕ ਮਜਬੂਰ ਨੇ, ਕਈ ਲੋਕਾਂ ਦੇ ਤਾਂ ਮਕਾਨ ਤੱਕ ਢਹਿ ਗਏ ਨੇ ਪਾਣੀ ਦਾਖਲ ਹੋਣ ਕਰਕੇ, ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ, ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਰਕਾਰ ਇਸ ਮਾਮਲੇ ਨੂੰ ਲੈ ਕੇ ਲਾਪਰਵਾਹੀ ਜਾਂ ਪ੍ਰਸ਼ਾਸਨ ਉੱਥੋਂ ਦਾ ਲਾਪਰਵਾਹੀ ਵਰਤ ਰਿਹਾ? ਹਾਂਜੀ, ਲਾਪਰਵਾਹੀ ਤਾਂ ਹੈ ਹੀ ਹੈ, ਜਦੋਂ ਤੁਸੀਂ ਇਨ ਟਾਈਮ ਕੰਮ ਨਹੀਂ ਨਾ ਕਰਦੇ ਹੈ ਤਾਂ ਇਨ ਟਾਈਮ ਕੰਮ ਕਰਨਾ ਚਾਹੀਦਾ। ਅੱਛਾ, ਪਿੰਡਾਂ ਦੇ ਵਿੱਚ ਵੀ ਜਿਹੜੀ ਹੈ ਉਹ ਬਠਿੰਡਾ ਦੇ ਵਿੱਚ ਵੀ ਜਿਹੜੇ ਹੈ ਸਥਿਤੀ ਗੰਭੀਰ ਬਣੀ ਹੋਈ ਹੈ, ਉਸ ਨੂੰ ਲੈ ਕੇ ਵੀ ਲੋਕ ਕਾਫੀ ਮੰਗ ਰੱਖ ਰਹੇ ਨੇ ਕਿ ਉੱਥੋਂ ਸਥਿਤੀ ਸਪਸ਼ਟ ਕੀਤੀ ਜਾਵੇ, ਸਵਾਲ ਉਠਾਏ ਜਾ ਰਹੇ ਨੇ ਕਿ ਪ੍ਰਸ਼ਾਸਨ ਨੇ ਪ੍ਰਬੰਧ ਪੁਖਤਾ ਨਹੀਂ ਕੀਤੇ, ਬਠਿੰਡਾ ਦੇ ਵਿੱਚ ਨਿਕਾਸੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ, ਸਿਆਸਤ ਵੀ ਹੋ ਰਹੀ ਹੈ, ਪਿਛਲੀ ਸਰਕਾਰ ਕਹਿ ਰਹੀ ਹੈ ਕਿ ਇਹ ਜ਼ਿੰਮੇਵਾਰ ਹੈ, ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਇਹ ਜ਼ਿੰਮੇਵਾਰ ਹੈ, ਫਿਰ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰੀ ਤੋਂ ਭੱਜ ਰਹੇ ਨੇ। ਜ਼ਿੰਮੇਵਾਰ ਤਾਂ ਆਮ ਜਨਤਾ ਹੀ ਹੈ, ਇਹਨਾਂ ਨੂੰ ਕਿਆ ਮਤਲਬ ਹੈ? ਜਨਤਾ ਮਰੇ ਆ ਜੀਏ, ਇਹਨਾਂ 'ਤੇ ਕੋਈ ਸਿਹਤ ਅਸਰ ਨਹੀਂ ਹੈ। ਇਹ ਤਾਂ ਅਕਾਲੀਆਂ ਨੂੰ ਕਹਿ ਦੂੰਗੇ ਕਾਂਗਰਸ ਜ਼ਿੰਮੇਵਾਰ ਹੈ, ਕਾਂਗਰਸ ਕਹਿ ਦੂੰਗੀ ਅਕਾਲੀ ਜ਼ਿੰਮੇਵਾਰ ਹੈ, ਇਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਹੈ। ਬਾਬਾ ਜੀ, ਕੀ ਕਾਰਨ ਹੈਗੇ ਆ ਕਿ ਜਿਹੜੇ ਹੈ ਲੋਕਾਂ ਦੇ ਵੱਲੋਂ ਸਵਾਲ ਉਠਾਏ ਜਾ ਰਹੇ ਨੇ, ਆਖਿਰ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਤਾਂ ਮੇਰੇ ਸੁਣੋ ਮੌਜੂਦਾ ਸਰਕਾਰ ਜ਼ਿੰਮੇਵਾਰ ਹੁੰਦੀ ਹੈ, ਜਿਹੜੀ ਸਰਕਾਰ ਹੁਣ ਬੈਠੀ ਹੈ ਇਹ ਕਹਿੰਦੀ ਹੈ, ਇਹ ਟਾਲਦੇ ਹੈ ਵੀ ਮੇਰੀ ਜ਼ਿੰਮੇਵਾਰੀ ਨਹੀਂ ਹੈ, ਮੇਰੇ 'ਤੇ ਪਹਿਲਾਂ 10 ਸਾਲ ਫਲਾਣਾ ਕਰ ਗਿਆ, ਉਹ ਜ਼ਿੰਮੇਵਾਰ ਹੈ। ਜ਼ਿੰਮੇਵਾਰੀ ਕੋਈ ਬੰਦਾ ਆਉਣ ਕਰਕੇ ਰਾਜ਼ੀ ਨਹੀਂ ਹੈ।
ਅੱਛਾ, ਪਹਿਲਾਂ ਤੋਂ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ ਜਦੋਂ ਪਤਾ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਬਣਨੀ ਹੈ, ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ? ਜਾਨੂੰ ਪਤਾ ਵੀ ਇੱਕ ਮੋਨਖ ਖਨੌਰੀ ਬੰਨ ਟੁੱਟਣਾ ਹੈਗਾ, ਉਹਦੀ ਰਿਪੇਅਰ ਇਹਨਾਂ ਨੇ ਕਰਵਾਈ ਹੈ, ਨਾਲੇ ਨੇ ਸਾਫ਼ ਕਰਵਾਇਆ ਕਿਉਂ ਨਹੀਂ ਕਰਵਾਇਆ, ਜਾਂ ਨਾਲੇ ਸਾਫ਼ ਨਹੀਂ, ਨਾਲੇ ਪਾਣੀ ਨਹੀਂ ਜਾਂਦਾ ਹੈ, ਤਾਂ ਟੁੱਟਣਾ ਹੀ ਬੰਨ ਤਾਂ ਵਾਧਾ ਰੁਕੂ, ਪਾਣੀ ਰੁਕੂ, ਟੁੱਟੂ, ਜਾਂ ਪਹਿਲਾਂ ਇਹਨਾਂ ਨੇ ਗਰੰਟਾ ਖਾ ਜਾਂਦੇ ਹੈ, ਗਰੰਟਾ ਖਾ ਜਾਂਦੇ ਹੈ, ਬੰਨ ਫਿਰ ਟੁੱਟਦੇ ਆਪੇ। ਹੁਣ ਜਿਹੜੇ ਹੁਣ ਪੈਸੇ ਮਨਜ਼ੂਰ ਹੋਏ ਮੁੜ ਕੇ ਖਾ ਲਾ ਦੇਣੇ ਇਹਨਾਂ ਨੇ, ਬਾਕੀ ਕੀ ਲੋਕਾਂ ਦੇ ਸਿਰ ਪਰ ਵੜ ਦੇਣਾ ਹੈਗਾ, ਇੰਨੇ ਬੰਦੇ ਲੱਗੇ ਤਾਂ ਆਹ ਕੰਮ ਕਰਿਆ, ਆਹ ਕਰਿਆ, ਆਹ ਕਰਿਆ, TRS ਲੱਗ ਗਈ, ਫਲਾਣੀ ਲਾ ਦਿੱਤੀ, ਕੰਪਨੀਆਂ ਲਾ ਦਿੱਤੀਆਂ, ਉਹ ਪਹਿਲਾਂ ਲਾਉਣੀਆਂ ਤੇ ਤੋਂ ਜਦ ਬਰਸਾਤ ਆਉਣੀ ਤੀ ਉਹ ਤਾਂ ਪਹਿਲਾਂ ਲਾਉਣੀ ਤਾਂ ਜੇਠ ਵਿੱਚ ਲਾਉਂਦੇ ਜਾਂ ਵਿਹਲਾ ਮੌਕਾ ਤਾ, ਹੁਣ ਪਾਣੀ ਟੁੱਟਦਾ, ਪਾਣੀ ਵੱਧ ਲੱਗਦਾ, ਪਾਣੀ ਵੀ ਕਦੇ ਵੱਧ ਨਹੀਂ ਲੱਗਦਾ। ਇਹ ਕਹਿੰਦੇ ਹੁਣ ਕਹਿੰਦੇ 5 ਸਾਲ ਹੋਰ, 5 ਮਹੀਨੇ ਹੋਰ ਲੱਗਣੇ ਹੈ, ਪਹਿਲਾਂ 4 ਮਹੀਨੇ 4 ਦਿਨ ਲੰਘ ਲਏ, ਹੁਣ 5 ਦਿਨ ਹੋਰ ਲੈ, 9 ਦਿਨ ਹੋ ਗਏ, ਉਹ ਇਲਾਕਾ ਤਾਂ ਹਟ ਗਿਆ, ਇਲਾਕੇ ਦਾ ਕਹਿ ਰਹਿ ਗਿਆ ਪਿੱਛੇ ਕੁਛ ਵੀ ਨਾ, ਇਲਾਕਾ ਖਤਮ ਹੋ ਗਿਆ ਉਹ। ਆਹ ਹੈ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਕਿਤੇ ਨਾ ਕਿਤੇ ਅਸੀਂ ਤਮਾਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿ ਆਖਿਰ ਕਿਉਂ ਸੰਗਰੂਰ, ਪਟਿਆਲਾ, ਬਠਿੰਡਾ ਦੇ ਵਿੱਚ ਅਜਿਹੀ ਸਥਿਤੀ ਕਿਉਂ ਬਣੀ। ਲਗਾਤਾਰ ਲੋਕਾਂ ਨੇ ਪ੍ਰਸ਼ਾਸਨ ਨੂੰ, ਸਰਕਾਰ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਿਆ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਅਜਿਹੀ ਸਥਿਤੀ ਬਾਰੇ ਪ੍ਰਸ਼ਾਸਨ ਨੂੰ ਪਤਾ ਹੁੰਦਾ, ਜਦੋਂ ਲੋਕ ਪਹਿਲਾਂ ਹੀ ਦੱਸ ਦਿੰਦੇ ਨੇ ਕਿ ਅਜਿਹੀ ਸਥਿਤੀ ਬਣਨ ਵਾਲੀ ਹੈ, ਉਸ ਤੋਂ ਪਹਿਲਾਂ ਹੀ ਪ੍ਰਬੰਧ ਕਿਉਂ ਨਹੀਂ ਪੁਖਤਾ ਕੀਤੇ ਜਾਂਦੇ? ਜਦੋਂ ਅਜਿਹੀ ਘਟਨਾ ਵਾਪਰ ਜਾਂਦੀ ਹੈ, ਉਸ ਤੋਂ ਬਾਅਦ ਹਰ ਇੱਕ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਦੌਰਾ ਕਰਨ ਦਾ ਜਿਹੜੀ ਕੋਸ਼ਿਸ਼ ਕਰਦਾ ਹੈ, ਦੌਰਾ ਕੀਤਾ ਜਾਂਦਾ ਹੈ, ਮੁੱਖ ਮੰਤਰੀ ਸਾਹਿਬ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਨੇ, ਵਿਰੋਧੀ ਧਿਰਾਂ ਦੇ ਵੱਲੋਂ ਸਿਆਸਤ ਕੀਤੀ ਜਾਂਦੀ ਹੈ। ਇਹਨਾਂ ਸਿਆਸੀ ਧਿਰਾਂ ਦੇ ਵੱਲੋਂ ਇਹਨਾਂ ਬਿਆਨਾਂ ਦੇ ਨਾਲ ਲੋਕਾਂ ਦੇ ਉਹ ਦੁੱਖ ਦਰਦ ਘੱਟ ਹੋ ਜਾਣਗੇ? ਜਿਸ ਤਰ੍ਹਾਂ ਦੀ ਸਥਿਤੀ ਦੇ ਨਾਲ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ, ਇਹ ਵੀ ਪ੍ਰਸ਼ਾਸਨ ਦੇ ਲਈ ਇੱਕ ਵੱਡਾ ਸਵਾਲ ਨੇ। ਪ੍ਰਸ਼ਾਸਨ ਦੀ ਨਾਕਾਮੀ ਨੂੰ ਜ਼ਾਹਰ ਕਰਦੇ ਨੇ ਜਿਸ ਤਰ੍ਹਾਂ ਦੇ ਹਾਲਾਤ ਸੰਗਰੂਰ, ਬਠਿੰਡਾ ਦੇ ਵਿੱਚ ਬਣੇ ਹੋਏ ਨੇ। ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ। ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆਗਿਆ। ਧੰਨਵਾਦ।